ਭਾਈ ਸਾਰਿਆਂ ਨੂੰ ਸਾਡਾ ਜਾਦੂ ਲਵਾਲ ਉੱਤੇ ਸਵਾਗਤ ਹੈ। ਅਤੇ ਅੱਜ ਬੈਠੀ ਵੱਡੀ ਭੂਆ ਸਾਡੀ ਅਤੇ ਛੋਟੀ ਭੂਆ, ਦੋਨਾਂ ਨੂੰ ਅੱਜ ਪਿੰਡ ਛੱਡਣ ਜਾ ਰਹੇ ਹਾਂ। ਅਤੇ ਚਲੋ ਆਪਾਂ ਚੱਲਦੇ ਹਾਂ ਹੁਣ ਉਹਨਾਂ ਨੂੰ ਛੱਡਣ ਬਲੌਕ ਦੇ ਵਿੱਚ, ਹੋਰਾਂ ਨੂੰ ਚੱਲੇ ਛੱਡਣ। ਠੀਕ ਹੈ, ਵੱਡੀ ਭੂ ਅੱਗੇ ਬਈ ਘਰੇ ਪਹੁੰਚ ਗਏ, ਪਰ ਵੱਡੀ ਭੂ ਨੂੰ ਛੱਡਣ ਆਏ ਆ। ਚਾਚਾ ਜੀ ਦਾ ਘਰ ਰਹਿੰਦਾ, ਨਿਊ ਕੋਠੀ ਤਿਆਰ ਕਰ ਰਹੇ ਨੇ। ਬਹੁਤ ਸੋਹਣੀ ਕੋਠੀ ਬਣਾਈ ਹੈ ਚਾਚਾ ਜੀ ਨੇ, ਬਹੁਤ ਨਵੇਂ ਡਿਜ਼ਾਈਨ ਦੇ ਵਿੱਚ ਬਣਾਈ, ਜਿਹੜਾ ਹੁਣ ਚੱਲ ਰਿਹਾ ਅੱਜ ਕੱਲ੍ਹ। ਚਾਚਾ ਜੀ ਬਈ ਮੂਸੇ ਵਾਲੇ ਦੇ ਬਹੁਤ ਵੱਡੇ ਫੈਨ ਹੈ, ਕਿਉਂਕਿ ਇਹ ਮੂਸੇ ਵਿਆਹੇ ਹੋਏ ਹੈ, ਉਹਨਾਂ ਦੇ ਘਰੇ ਵੀ ਚਾਚਾ ਜੀ ਦੀ ਆਉਣੀ ਜਾਣੀ ਵਧੀਆ। ਮੂਸੇ ਵਾਲੇ ਦੇ ਇਹ ਮੂਸੇ ਪਿੰਡ ਵਿਆਹੇ ਹੋਏ ਚਾਚਾ ਜੀ। ਹੁਣ ਬਈ ਭੂਆ ਨੂੰ ਛੱਡਣ ਆ ਰਹੇ ਆ, ਅਤੇ ਭੂਆ ਦੇ ਘਰੇ ਜਾ ਰਹੇ ਆ, ਅਤੇ ਵੱਡੀ ਭੂਆ ਨੂੰ ਤਾਂ ਛੱਡਤਾ ਸੀ ਉੱਥੇ ਘਰੇ, ਅਤੇ ਇਹਨਾਂ ਨੂੰ ਉਤਾਰਨ ਜਾ ਰਿਹਾ ਭੂਆ ਨੂੰ। ਆ ਪਿਆ ਬਾਬੜ ਪਲਸਤਰ ਦੁਬਾਰਾ ਲਾਤਾ, ਆ ਪਿਆ ਮੌਜਾਂ ਨਾਲ ਅਤੇ ਪੜ੍ਹਾਈ ਲਿਖਾਈ ਦਾ ਸ਼ੌਕੀਨ ਆ ਬਾਬੜ। ਜ਼ਰੂਰ ਜਾ ਕੇ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਮੇਰੇ ਬਾਈ ਦਾ। ਕੰਮ ਦੋ ਕਰਨੇ ਪੈਂਦੇ ਦੋ ਕਰਨੇ ਪੈਂਦੇ